वाहिगुरु जी का खालसा वाहिगुरु जी की फतेह। गुरु रूप प्यारी सत संगत तुसी देख रहे हो दा पंजाब लाइव। अज जिस विषय ते आपां सांझ पाउणी है उस विषय बारे तुसी सारिआं ने अपने बजुर्गां तों अपने वड्डिआं तों वड्ड-वडेरिआं तों सिआणिआं तों सुणिआ होवेगा कि शाम दे वेले रहरास दे वेले घर दे दरवाजे जिहड़े मुख दरवाजा है उसनूं खुल्ला रखणा चाहीदा है। सो अज अपना विचार चर्चा का विषय यही रहेगा कि की सच विच उस वेले दरवाजे खुले रखन दे नाल घर विच बरकतां आउंदियां हन, पैसे माया दे विच वाधा हुंदा है, जां ए वहम भरम है, जां कोई होर कारण सी जिहड़ा इस दे पिछे सी। आपां इसे विषय ते अज आपां सांझ पाउणी है। सांझ पाउण तों पहलां साडी बेनती है कि इस वीडियो नूं अंत तक जरूर सुणियो, उस तों बाद अपना कमेंट जरूर कमेंट बॉक्स दे विच अपनी जो भी फीडबैक है वह जरूर सांझ पायो। हुण आपां अज दे विषय ते आउंदे हां कि बजुर्गां ने जिहड़ी गल आखी सी कि शाम नूं बूहे खुले रखण दे नाल जां मुख दरवाजा खुले रखण दे नाल घर दे विच बरकतां दे विच वाधा हुंदा है। ਇਹ ਆਪਾਂ ਅਕਸਰ ਸੁਣਦੇ ਹਾਂ, ਕੁਛ ਸੰਤ ਮਹਾਤਮਾ ਵੀ ਇਹ ਗੱਲ ਦੀ ਹਾਮੀ ਭਰਦੇ ਹਨ ਕਿ ਇਸ ਤਰ੍ਹਾਂ ਹੁੰਦਾ ਹੈ। ਕੁਛ ਸਿਆਣੇ ਬਜ਼ੁਰਗ ਵੀ ਇਸ ਤਰ੍ਹਾਂ ਕਹਿੰਦੇ ਨੇ ਕਿ ਰਹਿਰਾਸ ਸਾਹਿਬ ਦੇ ਵੇਲੇ ਸ਼ਾਮ ਨੂੰ, ਕੁਛ ਲੋਕ ਇਸ ਨੂੰ ਸੰਧਿਆ ਦਾ ਵੇਲਾ ਕਹਿੰਦੇ ਨੇ ਕਿ ਇਸ ਵੇਲੇ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜਾ ਸ਼ਾਮ ਦਾ ਵੇਲਾ ਹੈ ਉਦੋਂ ਇੱਕ ਠਹਿਰਾਓ ਆਉਂਦਾ ਹੈ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ। ਸਾਰੇ ਦਿਨ ਦੀ ਭੱਜਾ ਭਜਾਉਲੀ ਤੋਂ ਬਾਅਦ ਪਦਾਰਥਵਾਦੀ ਦੁਨੀਆ ਦੇ ਵਿੱਚ ਆਪਣੇ ਕੰਮ ਕਾਰਾਂ ਤੋਂ ਵਾਪਸ ਪਰਤ ਕੇ ਲੋਕ ਜਦੋਂ ਘਰਾਂ ਦੇ ਵਿੱਚ ਬੈਠਦੇ ਨੇ ਤਾਂ ਸਿਆਣੇ ਲੋਕ ਵੀ ਇਹ ਕਹਿੰਦੇ ਨੇ ਕਿ ਇਦੋਂ ਸਾਰੀ ਦੁਨੀਆ ਇੱਕ ਵਾਰੀ ਖੜ ਜਾਂਦੀ ਹੈ। ਹਾਲਾਂਕਿ ਦੁਨੀਆ ਦੇ ਵਿੱਚ ਕਿਤੇ ਸ਼ਾਮ ਦਾ ਵੇਲਾ ਕੋਈ ਹੈ ਅਤੇ ਕਿਤੇ ਕੋਈ। ਪਹਿਲਾਂ ਬਜ਼ੁਰਗ ਇਹ ਆਖਦੇ ਹੁੰਦੇ ਸੀ ਕਿ ਇਹ ਵੇਲਾ ਹੈ ਜਿਹੜਾ ਰਹਿਰਾਸ ਸਾਹਿਬ ਦਾ ਵੇਲਾ ਹੈ ਉਦੋਂ ਦਰਿਆ ਵੀ ਰੁਕ ਜਾਂਦੇ ਨੇ, ਪਰ ਇੱਕ ਮੈਟਾਫਰ ਦੇ ਤੌਰ 'ਤੇ ਇਸ ਨੂੰ ਵਰਤਦੇ ਸੀ, ਇੱਕ ਕਹਾਵਤ ਦੇ ਤੌਰ 'ਤੇ ਵਰਤਦੇ ਸੀ। ਅਤੇ ਅਕਸਰ ਪੁਰਾਣੇ ਵੇਲਿਆਂ ਦੇ ਵਿੱਚ ਇਹ ਗੱਲ ਕਿਉਂ ਕਹੀ ਜਾਂਦੀ ਸੀ, ਇਹਦਾ ਕਾਰਨ ਇੱਕ ਇਹ ਸੀ ਕਿ ਉਦੋਂ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ। ਉਦੋਂ ਲੋਕ ਘੋੜਿਆਂ ਅਤੇ ਬਲਦ ਗੱਡੀਆਂ 'ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ। ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਦੂਰ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਇਆ ਕਰਦੇ ਸੀ, ਅਤੇ ਉਹ ਜਿਹੜੇ ਰਾਹੀ ਪਾਉਂਦੀ ਹੁੰਦੇ ਸੀ ਉਹ ਐਵੇਂ ਕਿਸੇ ਅਣਜਾਣ ਦੇ ਘਰ ਦੇ ਵਿੱਚ ਆਵਾਜ਼ ਮਾਰ ਕੇ ਉਹਨਾਂ ਦੇ ਘਰ ਰੁਕ ਜਾਂਦੇ ਸੀ। ਹੁਣ ਉਦੋਂ ਕੀ ਸੀ, ਜਿਹੜੇ ਲੋਕ ਸਰਮਾਏਦਾਰ ਸੀ, ਜਿਹੜੇ ਪੈਸੇ ਵਾਲੇ ਸੀ, ਉਹ ਸ਼ਾਮ ਨੂੰ ਆਪਣਾ ਦਰਵਾਜ਼ਾ ਖੁੱਲ੍ਹਾ ਰੱਖਦੇ ਸੀ ਤਾਂ ਕਿ ਜਿਹੜਾ ਕੋਈ ਰਾਹੀ ਪਾਉਂਦੀ ਆਉਂਦਾ ਹੈ ਉਹਨੂੰ ਕੋਈ ਵੀ ਝਿਜਕਣਾ ਮਹਿਸੂਸ ਹੋਵੇ, ਕੋਈ ਵੀ ਉਸਦੀਆਂ ਕੋਈ ਉਸਨੂੰ ਸ਼ਰਮ ਨਾ ਮਹਿਸੂਸ ਹੋਵੇ ਬੰਦ ਦਰਵਾਜ਼ੇ ਦੇ ਅੱਗੇ ਆਵਾਜ਼ ਮਾਰਨ ਨੂੰ, ਸਗੋਂ ਖੁੱਲ੍ਹਾ ਦਰਵਾਜ਼ਾ ਵੇਖ ਕੇ ਉਹ ਸਮਝ ਜਾਵੇ ਕਿ ਇਹ ਘਰ ਮੈਨੂੰ ਰਾਤ ਨੂੰ ਚੱਲ ਸਕਦਾ ਹੈ, ਮੈਨੂੰ ਰੋਟੀ ਪਾਣੀ ਦੇ ਸਕਦਾ ਹੈ, ਰਹਿਣ ਲਈ ਕੱਪੜਾ ਬਿਸਤਰਾ ਦੇ ਸਕਦਾ ਹੈ, ਮੰਜਾ ਦੇ ਸਕਦਾ ਹੈ। ਸੋ ਇਹ ਇੱਕ ਸਿੰਬੋਲਿਕ ਚੀਜ਼ ਸੀ ਕਿ ਜਿਹਦੇ ਕੋਲ ਚਾਰ ਪੈਸੇ ਨੇ, ਜਿਹੜਾ ਥੋੜ੍ਹਾ ਅਮੀਰ ਹੈ, ਜਿਹੜਾ ਦੋ ਚਾਰ ਰਾਹੀਆਂ ਪਾਉਂਦੀਆਂ ਦਾ ਖਰਚਾ ਚੱਲ ਸਕਦਾ ਹੈ, ਉਹ ਆਪਣੇ ਦਰਵਾਜ਼ੇ ਸ਼ਾਮ ਵੇਲੇ ਖੁੱਲ੍ਹੇ ਰੱਖਿਆ ਕਰਦੇ ਸਨ। ਅਤੇ ਜਿਹੜਾ ਕੋਈ ਗਰੀਬ ਗੁਰਬਾ ਸੀ, ਜਿਹੜਾ ਨਹੀਂ ਸੀ ਪੈਸੇ, ਜਿਹਦੇ ਕੋਲ ਜਿਹੜਾ ਨਹੀਂ ਸੀ ਕਿਸੇ ਰਾਹੀ ਪਾਉਂਦੀ ਦਾ ਖਰਚਾ ਚੱਲ ਸਕਦਾ, ਉਹ ਦਰਵਾਜ਼ੇ ਬੰਦ ਰੱਖਦਾ ਹੁੰਦਾ ਸੀ। ਉਸ ਤੋਂ ਜਿਹੜੇ ਕੁਛ ਲੋਕ ਸਨ ਜਾਂ ਕਿਹੜੇ ਬਜ਼ੁਰਗ ਨੇ ਸਨ ਕੁਛ, ਉਹਨਾਂ ਨੇ ਇੱਕ ਕਹਾਵਤ ਬਣਾ ਲਈ ਹੋਵੇਗੀ ਕਿ ਜਿਹੜਾ ਰਾਤ ਨੂੰ ਸ਼ਾਮ ਨੂੰ ਦਰਵਾਜ਼ੇ ਖੁੱਲ੍ਹਣ ਦਾ ਸਿੱਧਾ ਸਿੱਧਾ ਉਹਨਾਂ ਨੇ ਤਾਲਕ ਸਾਬਤ ਕਰ ਲਿਆ ਆਪਣੇ ਤੌਰ 'ਤੇ ਮਾਇਆ ਦੇ ਨਾਲ, ਪੈਸੇ ਦੇ ਨਾਲ, ਬਰਕਤ ਦੇ ਨਾਲ। ਸੋ ਇਹ ਇੱਕ ਕਾਰਨ ਰਿਹਾ ਹੋਵੇਗਾ ਕਿ ਸ਼ਾਮ ਨੂੰ ਜਿਹੜਾ ਦਰਵਾਜ਼ੇ ਖੁੱਲ੍ਹੇ ਰੱਖਦਾ ਹੈ ਇਹਦਾ ਮਤਲਬ ਉਹ ਹਰ ਇੱਕ ਨੂੰ ਜੀ ਆਇਆ ਆਖਦਾ ਹੈ, ਅਤੇ ਇਸ ਕਰਕੇ ਉਹਨਾਂ ਨੇ ਪੈਸੇ ਦੇ ਨਾਲ ਇਹਦਾ ਸੰਬੰਧ ਸਥਾਪਿਤ ਕਰ ਦਿੱਤਾ। ਹੁਣ ਕਈ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਲੋਕਾਂ ਦੇ ਮੁੱਖ ਦਰਵਾਜ਼ੇ ਸ਼ਾਮ ਵੇਲੇ ਖੁੱਲ੍ਹੇ ਹੁੰਦੇ ਨੇ ਉਹਨਾਂ ਦੇ ਘਰਾਂ ਵਿੱਚ ਗੁਰੂ ਘਰਾਂ ਦੀ ਆਵਾਜ਼ ਆ ਜਾਂਦੀ ਹੈ, ਪਰ ਅੱਜ ਕੱਲ੍ਹ ਜਿਹੜਾ ਸਾਊਂਡ ਸਿਸਟਮ ਹੈ ਗੁਰੂ ਘਰਾਂ ਦੇ ਵਿੱਚ ਲਾਊਡ ਸਪੀਕਰ ਲੱਗੇ ਹੁੰਦੇ ਨੇ, ਭਾਵੇਂ ਦਰਵਾਜ਼ਾ ਖੁੱਲ੍ਹਾ ਹੋਵੇ ਚਾਹੇ ਬੰਦ, ਜਿਹੜਾ ਗੁਰਬਾਣੀ ਦਾ ਆਪਾਂ ਦੇਖਦੇ ਹਾਂ ਕਿ ਨਿਰੰਤਰ ਪ੍ਰਵਾਹ ਜਿਹੜਾ ਚੱਲਦਾ ਹੈ ਉਹ ਹਰ ਇੱਕ ਆਪਣੇ ਘਰ ਦੇ ਬੰਦ ਦਰਵਾਜ਼ੇ ਦੇ ਵਿੱਚ ਵੀ ਸਰਵਣ ਕਰ ਲੈਂਦਾ ਹੈ। ਸੋ ਇਹ ਆਪਣੀ ਮਰਜ਼ੀ ਹੈ ਕਿ ਆਪਾਂ ਦਰਵਾਜ਼ਾ ਖੁੱਲ੍ਹਾ ਰੱਖਣਾ ਹੈ ਕਿ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਹੋਰ ਖਾਸ ਲੌਜਿਕ ਤਾਂ ਸਮਝ ਨਹੀਂ ਆਉਂਦਾ। ਫਿਰ ਵੀ ਜੇ ਕਿਸੇ ਨੂੰ ਲੱਗਦੀ ਹੈ ਕੋਈ ਗੱਲ ਉਹ ਜ਼ਰੂਰ ਆਪਦੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦਾ ਹੈ, ਪਰ ਇਹਦੇ ਵਿੱਚ ਹੋਰ ਕੋਈ ਵੀ ਸਾਡੇ ਕੋਲ ਜਿਹੜੀਆਂ ਜਿੰਨੀਆਂ ਕੁ ਅਸੀਂ ਪੁਸਤਕਾਂ ਪੜ੍ਹੀਆਂ ਨੇ, ਜਿੰਨੇ ਕੁ ਅਸੀਂ ਲੇਖ ਪੜ੍ਹੇ ਨੇ ਇਸ ਦੇ ਨਾਲ ਸੰਬੰਧਿਤ, ਇੱਥੋਂ ਕੋਈ ਵੀ ਅਜਿਹੀ ਗੱਲ ਜਾਂ ਅਜਿਹੀ ਘਟਨਾ ਨਹੀਂ ਮਿਲਦੀ ਜਿਸ ਦੇ ਨਾਲ ਆਪਾਂ ਇਹ ਸਾਬਤ ਕਰ ਸਕੀਏ ਕਿ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਨਾਲ ਕਿਸੇ ਬੰਦੇ ਨੂੰ ਕੋਈ ਲਾਭ ਪਹੁੰਚਦਾ ਹੈ ਆਰਥਿਕ ਤੌਰ 'ਤੇ, ਜਾਂ ਕੋਈ ਬੰਦਾ ਬਰਕਤਾਂ ਦਾ ਕਿਸੇ ਦੇ ਘਰ ਵਿੱਚ ਵਾਧਾ ਹੁੰਦਾ ਹੈ। ਹਾਂ, ਆਪਾਂ ਇਹ ਸੁਭਾਅ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ ਜੀ ਆਵੇ ਸੋ ਰਾਜੀ ਜਾਵੇ। ਜਿਸਨੇ ਵੀ ਸਾਡੇ ਘਰ ਆਉਣਾ ਹੈ, ਚਾਹੇ ਸੁਬਾਹ ਹੋਵੇ, ਚਾਹੇ ਸ਼ਾਮ ਹੋਵੇ, ਚਾਹੇ ਹਨੇਰਾ ਹੋਵੇ, ਹਰੇਕ ਲੋੜਵੰਦ ਦੀ ਅਸੀਂ ਮਦਦ ਕਰੀਏ। ਜੇ ਕੋਈ ਰਾਹੀ ਪਾਉਂਦੀ ਦੀ ਅਸੀਂ ਮਦਦ ਕਰ ਸਕਦੇ ਹਾਂ, ਜੇ ਕੋਈ ਆਵਾਜ਼ ਮਾਰਦਾ ਸਾਡੇ ਘਰੋਂ ਨਾਰਾਜ਼ ਹੋ ਕੇ ਨਾ ਜਾਵੇ, ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਹੈ ਸਿਧਾਂਤ ਸਰਬੱਤ ਦੇ ਭਲੇ ਦਾ, ਜਿਹੜਾ ਉਹਨਾਂ ਦਾ ਪ੍ਰਿੰਸੀਪਲ ਹੈ, ਉਸ ਨੂੰ ਆਪਾਂ ਫੋਲੋ ਜ਼ਰੂਰ ਕਰੀਏ। ਸੋ ਇਹ ਬੇਨਤੀਆਂ 'ਚ ਪ੍ਰਵਾਨ ਜ਼ਰੂਰ ਕਰਨਾ ਅਤੇ ਆਪਣੀ ਕੀਮਤੀ ਰਾਏ ਜ਼ਰੂਰ ਸਾਨੂੰ ਦੱਸਣਾ।